ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਮੇਰੀ YouTube ਫੈਮਿਲੀ ਸਾਰੀ ਕਿਵੇਂ ਆ? ਉਮੀਦ ਕਰਦੇ ਤੁਸੀਂ ਚੰਗੇ ਹੋਵੋਗੇ, ਵਧੀਆ ਹੋਵੋਗੇ। ਅਸੀਂ ਵੀ ਇੱਥੇ ਵਧੀਆ ਚੰਗੇ ਹਾਂ। ਅਤੇ ਅੱਜ ਆਪਾਂ ਨਾ ਬਣਾਉਣ ਲੱਗੇ ਹਾਂ ਆਹ ਹਰੇ ਛੋਲੇ ਅਤੇ ਆਲੂ, ਇਹਨਾਂ ਦੀ ਸਬਜ਼ੀ ਬਣਾਉਂਗੀ ਮੈਂ। ਅਤੇ ਫਿਰ ਤੁਸੀਂ ਵੀ ਦੇਖਿਓ ਮੇਰੀ ਵੀਡੀਓ, ਤੁਹਾਨੂੰ ਤੁਸੀਂ ਬਣਾ ਕੇ ਦੇਖਿਓ ਇਹ ਸਬਜ਼ੀ, ਤੁਮੇ ਤੁਹਾਨੂੰ ਕਿਵੇਂ ਲੱਗਦੀ ਹੈ। ਮੈਨੂੰ ਤਾਂ ਇਹ ਸਬਜ਼ੀ ਬਹੁਤ ਪਸੰਦ ਆ। ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰੋ ਲਾਈਕ। ਆਹ ਦੇਖੋ ਜੀ, ਆਹ ਆਪਾਂ ਲੈ ਲਏ ਆ ਹਰੇ ਛੋਲੇ, ਹੈ ਨਾ। ਇਹਨੂੰ ਆਪਾਂ ਛੋਲੀਆ ਵੀ ਕਹਿੰਦੇ ਹਾਂ, ਹਰਾ ਛੋਲੀਆ। ਅਤੇ ਤੁਹਾਡੇ ਉੱਥੇ ਕੀ ਕਹਿੰਦੇ ਆ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ। ਅਤੇ ਆਪਾਂ ਹਰੇ ਛੋਲੀਏ ਦੀ ਸਬਜ਼ੀ ਬਣਾਵਾਂਗੇ। ਵਿੱਚ ਪਾਵਾਂਗੇ ਆਲੂ ਜਿਹੜੇ ਮੈਂ ਪਹਿਲਾਂ ਕੱਟ ਕੇ ਰੱਖ ਲਏ ਆ। ਅਤੇ ਇਹਨਾਂ ਨੂੰ ਪਾਣੀ ਦੇ ਵਿੱਚ ਇਸ ਕਰਕੇ ਰੱਖਿਆ ਜਾਂਦਾ ਹੈ ਵੀ ਇਹ ਜੇ ਉਹੀ ਕੱਟ ਕੇ ਰੱਖ ਦਈਏ ਨਾ ਤਾਂ ਕਾਲੇ ਹੋ ਜਾਂਦੇ ਆ, ਅਤੇ ਪਾਣੀ 'ਚ ਪਏ ਕਾਲੇ ਕਾਲੇ ਨਹੀਂ ਹੁੰਦੇ ਆਲੂ। ਅਤੇ ਇਹਦੇ ਵਿੱਚ ਪਾਉਣ ਨੂੰ ਮੈਂ ਆਹ ਟਮਾਟਰ ਅਤੇ ਹਰੀ ਮਿਰਚ ਲਈ ਆ, ਆਹ ਮੈਂ ਲਏ ਤੇ ਪਿਆਜ, ਅਤੇ ਆਹ ਮੈਂ ਲਸਣ ਅਦਰਕ ਜਿਹੜਾ ਕੁੱਟ ਕੇ ਲਿਆ ਵਾ ਇਹ ਮੈਂ ਕੁੱਟ ਲਿਆ। ਅਤੇ ਇਦੂ ਬਾਅਦ ਆਹ ਜਿਹੜੇ ਸੁੱਕੇ ਮਸਾਲੇ, ਇਹਨਾਂ ਦੇ ਵਿੱਚ ਲਾਲ ਮਿਰਚ, ਲੂਣ ਅਤੇ ਧਨੀਆ ਪਾਊਡਰ, ਇਹਦੇ ਵਿੱਚ ਜੀਰਾ ਵੀ ਮੈਂ ਪੀਸਿਆ ਵਾ, ਹੋਰ ਵਾਧੂ ਮਸਾਲੇ ਨਹੀਂ ਮੈਂ ਪਾਉਂਦੀ। ਅਤੇ ਹਲਦੀ, ਹਿੰਗ ਅਤੇ ਆਹ ਹੈਗੀ ਦਾਣਾ ਮੇਥੀ ਅਤੇ ਜੀਰਾ, ਇਹਨਾਂ ਦਾ ਤਾਂ ਆਪਾਂ ਤੜਕਾ ਲਾਵਾਂਗੇ, ਆਹ ਸੁੱਕੇ ਮਸਾਲੇ ਆ। ਹਾਂਜੀ ਦੇਖੋ ਜੀ, ਕੜਾਹੀ ਦੇ ਵਿੱਚ ਮੈਂ ਸਰ੍ਹੋਂ ਦਾ ਤੇਲ ਪਾਇਆ ਵਾ, ਹੈ ਨਾ। ਹੁਣ ਜਦੋਂ ਤੱਕ ਇਹਦੇ ਵਿੱਚ ਧੂੰਆਂ ਨਹੀਂ ਉੱਠਦਾ ਉਨਾ ਚਿਰ ਆਪਾਂ ਕੋਈ ਵੀ ਚੀਜ਼ ਨਹੀਂ ਪਾ ਸਕਦੇ, ਪਿਆਜ਼ ਵਗੈਰਾ। ਜਦੋਂ ਧੂੰਆਂ ਉੱਠਣ ਲੱਗ ਗਿਆ ਨਾ ਉਦੋਂ ਮੈਂ ਇਹਦੇ ਵਿੱਚ ਪਿਆਜ਼ ਔਰ ਆਹ ਟਮਾਟਰ ਪਾਉਂਗੀ। ਉਨਾ ਚਿਰ ਵੇਟ ਕਰਦੇ ਤੇਲ ਨੂੰ ਗਰਮ ਹੋਣ ਦਾ ਚੰਗੀ ਤਰ੍ਹਾਂ। ਹੁਣ ਆਪਣਾ ਤੇਲ ਗਰਮ ਹੋ ਚੁੱਕਿਆ, ਇਹ ਜੇ ਧੂੰਆਂ ਉੱਠ ਜਾਂਦਾ ਇਸਦਾ ਮਤਲਬ ਇਹ ਚੰਗੀ ਤਰ੍ਹਾਂ ਗਰਮ ਹੋ ਗਿਆ। ਇਹ ਸਰ੍ਹੋਂ ਦਾ ਤੇਲ ਸੀ ਅਤੇ ਆਪਾਂ ਪਾਉਂਦੇ ਹਾਂ ਜੀ ਅਤੇ ਨਾਲ ਦਾਣਾ ਮੇਥੀ ਨਾਲ ਹੀ ਹਿੰਗ, ਹੈ ਨਾ। ਇਹ ਸਾਰਾ ਕੁਛ ਪਾ ਕੇ ਅਤੇ ਜ਼ਿਆਦਾ ਆਪਾਂ ਕਾਲਾ ਨਹੀਂ ਕਰਨਾ ਜੀਰੇ ਨੂੰ, ਨਾਲ ਹੀ ਪਾ ਦਾਂਗੇ ਪਿਆਜ਼। ਮੈਨੂੰ ਨਾ ਕਾਲਾ ਜਿਹਾ ਜੀਰਾ ਥੋੜ੍ਹਾ ਜਿਹਾ ਕਿਵੇਂ ਜਿਹਾ ਲੱਗਦਾ, ਇਸ ਕਰਕੇ ਮੈਂ ਘੱਟ ਇਹਨੂੰ ਭੁੰਨਦੀ ਹੁੰਦੀ ਹਾਂ। ਰਿੱਝ ਜ਼ਰੂਰ ਬਣ ਜ਼ਰੂਰ ਜਾਂਦਾ, ਸਿੱਕ ਜਾਂਦਾ ਜੀਰਾ ਜਦੋਂ, ਉਦੋਂ ਆਪਾਂ ਪਿਆਜ਼ ਪਾ ਦਿੰਦੇ ਹਾਂ। ਉਨਾ ਚਿਰ ਨਾ ਆਹ ਥੋੜ੍ਹੇ ਜਿਹੇ ਹਰੇ ਚਣੇ ਆ ਨਾ ਜਿਹੜੇ, ਇਹ ਮੈਂ ਨਾ ਕੁੱਟੂੰਗੀ ਕੂੰਡੇ ਨਾਲ, ਹੈ ਨਾ, ਕੂੰਡੇ ਡੰਡੇ ਨਾਲ। ਕਿਉਂ, ਇਹ ਨਾ ਮੇਰੀ ਮੰਮੀ ਬਣਾਉਂਦੀ ਹੁੰਦੀ ਸੀ ਇਵੇਂ ਸਬਜ਼ੀ, ਅਤੇ ਮੈਨੂੰ ਬਹੁਤ ਸਵਾਦ ਲੱਗਦੀ ਸੀ। ਥੋੜ੍ਹੇ ਜਿਹੇ ਆਪਾਂ ਛੋਲੇ ਸਾਬਤੇ ਪਾਵਾਂਗੇ ਅਤੇ ਥੋੜ੍ਹੇ ਜਿਹੇ ਆਪਾਂ ਇਹਦੇ ਵਿੱਚ ਨਾ ਕੁੱਟ ਕੇ ਪਾਵਾਂਗੇ ਹਰੇ ਛੋਲੇ ਛੋਲੀਆ, ਇਹਦੇ ਨਾਲ ਸਬਜ਼ੀ ਦਾ ਟੇਸਟ ਬਹੁਤ ਵਧੀਆ ਹੋ ਜਾਂਦਾ। ਅਤੇ ਹੁਣ ਆਪਣੇ ਨਾ ਜਿਹੜੇ ਪਿਆਜ਼ ਆ ਉਹ ਨਾ ਭੁੱਜ ਚੁੱਕੇ ਆ, ਅਤੇ ਆਪਾਂ ਪਾਉਂਦੇ ਹਾਂ ਇਹਦੇ ਵਿੱਚ ਟਮਾਟਰ ਅਤੇ ਹਰੀਆਂ ਮਿਰਚਾਂ। ਇਹਨਾਂ ਹੁਣ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਅਤੇ ਇਹਦੇ ਵਿੱਚ ਹੀ ਨਾ ਆਪਾਂ ਆਹ ਵੀ ਲਸਣ ਅਤੇ ਅਦਰਕ ਦਾ ਪੇਸਟ ਇਹ ਵੀ ਪਾ ਦੇਣਾ ਵਿੱਚ, ਇਹਨੂੰ ਵੀ ਨਾਲ ਹੀ ਭੁੰਨ ਲਾਂਗੇ। ਹੁਣ ਚੰਗੀ ਤਰ੍ਹਾਂ ਪੂਰਾ ਤੜਕਾ ਭੁੱਜ ਗਏ, ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕੇ ਮਸਾਲੇ। ਹੁਣ ਨਾ ਪਾਏ ਜਿੰਨੇ ਵੀ ਸੁੱਕੇ ਮਸਾਲੇ ਲਏ ਸੀ ਨਾ, ਹਲਦੀ, ਧਨੀਆ ਪਾਊਡਰ ਅਤੇ ਲੂਣ ਅਤੇ ਮਿਰਚਾਂ, ਬਸ ਇਹੀ ਪਾਉਣੇ ਆ। ਜ਼ਿਆਦਾ ਮਸਾਲੇ ਆਪਾਂ ਨਹੀਂ ਪਾਉਂਦੇ, ਗਰਮ ਮਸਾਲਾ ਵਗੈਰਾ ਨਾ ਮੈਂ ਨਹੀਂ ਪਾਉਂਦੀ ਜੀ, ਮੇਰਾ ਦਿਲ ਮੱਚਦਾ। ਤੁਸੀਂ ਪਾਉਣਾ ਹੋਵੇ ਤਾਂ ਪਾ ਸਕਦੇ ਹੋ, ਮੈਂ ਨਹੀਂ ਪਾਉਂਦੀ ਜੀ।
ਹੁਣ ਚਮਚਾ ਪਾਣੀ ਪਾ ਕੇ ਚਮਚਾ ਦੋ ਚਮਚੇ ਪਾਣੀ ਪਾ ਕੇ ਇਹਨੂੰ ਸਾਰ ਕੇ ਮਸਾਲੇ ਨੂੰ ਭੁੰਨ ਦੇਣੀ ਹੈ ਜਦੋਂ ਤੱਕ ਤੇਲ ਅੱਡ ਨਹੀਂ ਹੋ ਜਾਂਦਾ। ਆਹ ਦੇਖੋ ਹੁਣ ਇਹ ਮਸਾਲੇ ਦੇ ਵਿੱਚੋਂ ਤੇਲ ਅੱਡ ਹੋ ਚੁੱਕਿਆ, ਇਸਦਾ ਮਤਲਬ ਆਪਣਾ ਮਸਾਲਾ ਭੁੱਜ ਗਿਆ। ਆਹ ਦੇਖੋ ਤੇਲ ਅੱਡ ਹੋ ਗਿਆ, ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ ਅਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਆਲੂ। ਆਲੂ ਜਿਹੜੇ ਧੋ ਕੇ ਰੱਖੇ ਹੋਏ ਆ ਪਹਿਲਾਂ ਹੀ, ਅਤੇ ਨਾਲ ਹੀ ਆਪਾਂ ਪਾ ਦੇਵਾਂਗੇ ਛੋਲੇ, ਇਹ ਵੀ ਮੈਂ ਧੋ ਕੇ ਰੱਖ ਲਏ ਆ। ਅਤੇ ਲੋੜ ਮੁਤਾਬਕ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਪਾਣੀ, ਕਿਉਂਕਿ ਇਹ ਸਬਜ਼ੀ ਹੈ ਨਾ ਰਸਮੀ ਸੀ ਅਤੇ ਤਰੀ ਵਾਲੀ ਸਵਾਦ ਲੱਗਦੀ ਹੈ ਸਬਜ਼ੀ, ਅਤੇ ਆ ਜਿੰਨੀ ਕੁ ਤਰੀ ਤੁਸੀਂ ਬਣਾਉਣੀ ਆ ਉਹਨਾਂ ਕੁ ਪਾਣੀ ਪਾ ਦਿਓ। ਆਹ ਦੇਖੋ ਜੀ ਇੰਨਾ ਕੁ ਪਾਣੀ ਆਪਾਂ, ਇੰਨਾ ਕੁ ਰਸਾ ਮੈਂ ਰੱਖੂੰਗੀ ਇਹਦੇ ਵਿੱਚ, ਅਤੇ ਰਿੱਝ ਕੇ ਥੋੜ੍ਹਾ ਜਿਹਾ ਹੋਰ ਘੱਟ ਜਾਣਾ ਹੈ, ਅਤੇ ਜਦੋਂ ਰਿੱਝ ਕੇ ਸਬਜ਼ੀ ਫਿਰ ਤੁਹਾਨੂੰ ਦਿਖਾਉਂਦੇ ਹਾਂ। ਅਤੇ ਆਹ ਜਿਹੜੇ ਮੈਂ ਛੋਲੇ ਕੁੱਟੇ ਆ ਨਾ ਇਹ ਵੀ ਹੁਣ ਇਸ ਸਟੇਜ 'ਤੇ ਆਪਾਂ ਪਾ ਦਿੰਦੇ ਹਾਂ ਵਿੱਚ, ਅਤੇ ਸਬਜ਼ੀ ਵੇਖੋ ਕਿੰਨੀ ਸਵਾਦ ਬਣਦੀ ਇਹਦੇ ਨਾਲ। ਆਹ ਦੇਖੋ ਜੀ ਇਹ ਕੁੱਟੇ ਵੇ ਛੋਲੇ ਪਾ ਦਿੱਤੇ ਵਿੱਚ, ਪਾਣੀ ਨਾ ਥੋੜ੍ਹਾ ਜਿਹਾ ਹਜੇ ਵੀ ਘੱਟ ਲੱਗਦਾ, ਵਿੱਚ ਹੀ ਪਾ ਦੇਣਾ ਕੁੰਡਾ ਧੋ ਕੇ ਵੀ। ਥੋੜ੍ਹੀ ਜਿਹੀ ਤਰੀ ਆਪਾਂ ਗਾੜੀ ਲੱਗਦੀ ਹੈ ਮੈਨੂੰ ਹਜੇ, ਆਪਾਂ ਹੋਰ ਪਾ ਦਿੰਦੇ ਹਾਂ ਪਾਣੀ। ਅਤੇ ਇਦੂ ਬਾਅਦ ਜਦੋਂ ਸਬਜ਼ੀ ਬਣ ਗਈ ਫਿਰ ਤੁਹਾਨੂੰ ਦਿਖਾਉਂਦੇ ਹਾਂ ਕਿਹੋ ਜਿਹੀ ਬਣੀ। ਜਦੋਂ ਤੱਕ ਆਪਣੀ ਸਬਜ਼ੀ ਬਣੀ ਜਾਂਦੀ ਹੈ ਉਨਾ ਚਿਰ ਆਪਾਂ ਭਾਂਡਿਆਂ ਦਾ ਕੰਮ ਨਹੀਂ ਕਰਦੇ, ਭਾਂਡੇ ਭਾਂਡੇ ਪੈਸੇ ਥੋੜ੍ਹੇ ਮਾਂਜ ਗਿਆ ਨਾ ਫਿਰ ਰਾਤ ਨੂੰ ਸੌਖਾ ਹੋ ਜਾਂਦਾ। ਲਓ ਜੀ ਹੁਣ ਆਪਾਂ ਕਰਦੇ ਹਾਂ ਸਬਜ਼ੀ ਚੈੱਕ, ਦੇਖਦੇ ਹਾਂ ਕਿੰਨੀ ਕੁ ਰਿੱਝ ਗਈ ਕਿ ਕੱਚੀ ਆ ਹਲੇ, ਆਪਾਂ ਇਹਨੂੰ ਚੈੱਕ ਕਰਦੇ ਹਾਂ ਕਰੀ। ਆਹ ਦੇਖੋ ਜੀ ਸਬਜ਼ੀ ਦਾ ਕਿੱਡਾ ਸੋਹਣਾ ਰੰਗ ਆਇਆ, ਅਤੇ ਆਪਾਂ ਇਹਨੂੰ ਨਾ ਥੋੜ੍ਹਾ ਜਿਹਾ ਇੱਕ ਵਾਰੀ ਆਲੂਆਂ ਨੂੰ ਫੇਰ ਕੇ ਦੇਖ ਲਈਏ, ਥੋੜ੍ਹੇ ਜਿਹੇ ਕੱਚੇ ਆ ਹਜੇ ਜੀ, ਥੋੜ੍ਹਾ ਜਿਹਾ ਹੋਰ ਰਹਿਣਗੇ ਆਪਾਂ। ਆਹ ਦੇਖੋ ਜੀ ਆਪਾਂ ਫੇਰ ਦੁਬਾਰਾ ਇਹਨਾਂ ਨੂੰ ਚੈੱਕ ਕਰਦੇ ਹਾਂ ਹੁਣ ਆਲੂਆਂ ਨੂੰ ਸਬਜ਼ੀ ਨੂੰ। ਆਹ ਦੇਖੋ ਜੀ ਆਲੂ ਪੀਸੀ ਜਾਂਦੇ ਆ, ਆਪਣੀ ਸਬਜ਼ੀ ਬਣ ਕੇ ਤਿਆਰ ਹੈ। ਅਤੇ ਆਪਾਂ ਹੁਣ ਬਸ ਇਹਦੇ 'ਚ ਪਾ ਦਾਂਗੇ ਧਨੀਆ ਜੋ ਕਿ ਮੈਂ ਪਹਿਲਾਂ ਹੀ ਧੋ ਕੇ ਰੱਖਿਆ ਵਾ। ਆਹ ਲਓ ਜੀ ਧਨੀਆ ਪਾ ਤਾ, ਆਪਣੀ ਸਬਜ਼ੀ ਬਣ ਕੇ ਹੋ ਗਈ ਆ ਤਿਆਰ। ਅਤੇ ਕਮੈਂਟਾਂ 'ਚ ਦੱਸਿਓ ਜੀ ਤੁਸੀਂ ਕਿਹਨੇ ਕਿਹਨੇ ਇਹੋ ਜਿਹੀ ਸਬਜ਼ੀ ਬਣਾਈ ਹੈ ਜਿਵੇਂ ਮੈਂ ਕੁੱਟ ਕੇ ਛੋਲੇ ਪਾਏ ਸੀਗੇ, ਅਤੇ ਬਣਾ ਕੇ ਦੱਸਿਓ ਮੇਰੇ ਬਣਾਉਣ ਦਾ ਤਰੀਕਾ ਸਹੀ ਆ ਜਾਂ ਹੋਰ ਵੀ ਕੋਈ ਤਰੀਕਾ। ਆਹ ਦੇਖੋ ਜੀ ਆਪਣੀ ਸਬਜ਼ੀ ਬਣ ਕੇ ਹੋ ਗਈ ਹੈ ਤਿਆਰ, ਬਹੁਤ ਵਧੀਆ ਸਬਜ਼ੀ ਬਣੀ ਹੈ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੀਡੀਓ 'ਤੇ ਲਾਈਕ ਵੀ ਕਰ ਦਿਆ ਕਰੋ ਜੀ, ਜੇ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ।